ਸਿੰਘ ਹੈ, ਮੈਨੂੰ ਬਾਬਾ ਸ਼ੀਰ ਦੀ ਪ੍ਰੋਬਲਮ ਸੀ। ਜੋਗਿੰਦਰਾ ਕਾਸਟ ਵੱਲੋਂ ਜੋ ਮੰਡੀ ਗੋਬਿੰਦਗੜ੍ਹ ਵਿੱਚ ਕੈਂਪ ਲਗਵਾਇਆ ਗਿਆ ਸੀ, ਮੈਂ ਉੱਥੇ ਆਪਣਾ ਚੈੱਕਅਪ ਕਰਵਾਇਆ। ਅੱਜ ਮੇਰਾ ਰਾਣਾ ਹੋਸਪਿਟਲ ਦੇ ਵਿੱਚ ਡਾਕਟਰ ਸਾਹਿਬ ਵੱਲੋਂ ਆਪਰੇਸ਼ਨ ਕੀਤਾ ਗਿਆ ਹੈ। ਮੈਂ ਆਪਣਾ ਸਹੀ ਸਲਾਮਤ ਆਪਣੇ ਘਰ ਜਾ ਰਿਹਾ ਹਾਂ। ਮੈਂ ਜੋਗਿੰਦਰਾ ਕਾਸਟਿੰਗ ਉਹਦਾ ਰਾਣਾ ਹੋਸਪਿਟਲ ਦਾ ਬਹੁਤ ਧੰਨਵਾਦ ਕਰਦਾ। ਮੇਰਾ ਨਾਮ ਸਰਦਾਰ ਜਸਪ੍ਰੀਤ ਸਿੰਘ ਜੀ ਹੈ ਜੀ, ਜੋ ਮੈਂ ਪਿੰਡ ਕੁੰਬ ਦਾ ਰਹਿਣ ਵਾਲਾ ਹਾਂ। ਤੋ ਕੁਛ ਦਿਨ ਪਹਿਲਾਂ ਮੇਰੀ ਪਤਨੀ ਟੈਸਟ, ਮੈਂ ਮੰਡੀ ਗੋਬਿੰਦਗੜ੍ਹ ਵੱਲ ਫਿਰ ਟੈਸਟ ਮੰਡੀ ਗੋਬਿੰਦਗੜ੍ਹ ਟੈਸਟ ਕਰਵਾਇਆ ਸੀ, ਜੋ ਕਿ ਇਹਨਾਂ ਨੂੰ ਬਾਬਾ ਸ਼ੀਰ ਦੀ ਬਿਮਾਰੀ ਨਿਕਲੀ ਸੀ। ਅੱਜ ਜੀ ਮੈਂ ਇਹਨਾਂ ਦਾ ਆਪਰੇਸ਼ਨ ਕਰਵਾਇਆ ਹੈਗਾ ਰਾਣਾ ਹੋਸਪਿਟਲ ਸਰਹੰਦ ਜੀ, ਜੋ ਅਜੇ ਠੀਕ ਬਿਲਕੁਲ ਠੀਕ ਠਾਕ ਨੇ ਜੀ। ਮੈਂ ਇਹਨਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ ਜੀ, ਜੋਗਿੰਦਰਾ ਵੱਲ ਫੇਅਰ ਅਤੇ ਰਾਣਾ ਹੋਸਪਿਟਲ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜੀ। ਹਾਂਜੀ ਮੈਡਮ, ਮੈਂ ਸਤਵਿੰਦਰ ਕੌਰ ਜੀ, ਪਿੰਡ ਕੁੰਬ ਦੀ ਰਹਿਣ ਵਾਲੀ ਹਾਂ ਜੀ, ਜੋ ਕਿ ਗੋਬਿੰਦਗੜ੍ਹ ਕੈਂਪ ਲੱਗਿਆ ਸੀਗਾ ਜੀ, ਉੱਥੋਂ ਮੈਨੂੰ ਬਾਬਾ ਸ਼ੇਰ ਦੀ ਸ਼ਿਕਾਇਤ ਆਈ ਅਤੇ ਅੱਜ ਮੈਂ ਰਾਣਾ ਹੋਸਪਿਟਲ 'ਚ ਓਪਰੇਸ਼ਨ ਕਰਵਾਇਆ। ਓਪਰੇਸ਼ਨ ਵਧੀਆ ਹੋਇਆ ਜੀ, ਹੁਣ ਮੈਂ ਆਪਣਾ ਛੁੱਟੀ ਲੈ ਕੇ ਘਰ ਜਾ ਰਹੀ ਹਾਂ ਜੀ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਮੇਰਾ ਨਾਮ ਰਾਜ ਕੁਮਾਰ ਹੈ ਜੀ, ਮੇਰੀ ਘਰਵਾਲੀ ਕਾ ਨਾਮ ਰਾਧਿਕਾ ਦੇਵੀ ਹੈ, ਔਰ ਜੋਗਿੰਦਰਾ ਕੈਬ ਸੇ ਚੈੱਕਅਪ ਹੁਆ ਥਾ, ਮੇਰੀ ਘਰਵਾਲੀ ਕਾ ਬਹੁਤ ਸੀਰ ਹੁਆ ਥਾ, ਔਰ ਰਾਣਾ ਹਸਪਤਾਲ ਮੇਂ ਹਮ ਲੋਗ ਆਪਰੇਸ਼ਨ ਕਰਵਾਏ, ਟੈਸਟ ਵੀ ਕਰਵਾਏ, ਔਰ ਸਭ ਠੀਕ ਹੈ, ਔਰ ਘਰ ਵਾਪਸ ਜਾ ਰਹੇ ਹੈ। ਮੈਂ ਰਾਣਾ ਹਸਪਤਾਲ ਕਾ ਧੰਨਵਾਦ ਕਰਦਾ, ਔਰ ਜੋਗਿੰਦਰਾ ਕੈਬ ਕਾ ਥੈਂਕ ਯੂ। ਵੀਰ ਸਿੰਘ, ਪਿੰਡ ਜੱਸੜਾਂ ਦਾ ਰਹਿਣ ਵਾਲਾ ਹਾਂ, ਔਰ ਜੋ ਮੰਡੀ ਗੋਬਿੰਦਗੜ੍ਹ ਜੋਗਿੰਦਰਾ ਵੈਲਫੇਅਰ ਟਰੱਸਟ ਵੱਲੋਂ ਫਰੀ ਕੈਂਪ ਲਗਾਇਆ ਗਿਆ ਸੀ, ਉਹਦੇ ਵਿੱਚ ਮੈਂ ਵੀ ਗਿਆ ਸੀ, ਔਰ ਮੈਨੂੰ ਥੋੜ੍ਹੀ ਬਵਾਸੀਰ ਦੀ ਪ੍ਰੋਬਲਮ ਸੀ। ਮੈਨੂੰ ਡਾਕਟਰ ਸਾਹਿਬ ਨੇ ਚੈੱਕਅਪ ਕੀਤਾ ਔਰ ਮੈਨੂੰ ਟਾਈਮ ਦਿੱਤਾ ਰਾਣਾ ਹੋਸਪਿਟਲ ਸਰਹੰਦ ਵਿੱਚ, ਔਰ ਮੇਰਾ ਉੱਥੇ ਹੋਸਪਿਟਲ ਦੇ ਵਿੱਚ ਆਪਰੇਸ਼ਨ ਹੋਇਆ ਅਤੇ ਮੈਂ ਠੀਕ ਠਾਕ ਆਪਣੇ ਘਰ ਜਾ ਰਿਹਾ। ਔਰ ਉਸ ਤੋਂ ਬਾਅਦ ਮੈਂ ਰਾਣਾ ਹੋਸਪਿਟਲ ਸਰਹੰਦ ਔਰ ਜੋਗਿੰਦਰਾ ਵੈਲਫੇਅਰ ਟਰੱਸਟ ਦਾ ਬਹੁਤ ਬਹੁਤ ਧੰਨਵਾਦ ਜੀ। ਮੰਗਤ ਰਾਮ ਹੈ ਜੀ, ਜੋਗਿੰਦਰਾ ਹੋਸਪਿਟਲ 'ਤੇ ਮੇਰਾ ਕੈਂਪ ਲੱਗਿਆ ਸੀਗਾ ਸਾਡੇ ਮੰਡੀ ਗੋਬਿੰਦਗੜ੍ਹ, ਅਤੇ ਰਾਣਾ ਹਸਪਤਾਲ ਦੇ ਵਿੱਚ ਮੇਰਾ ਓਪਰੇਸ਼ਨ ਹੋਇਆ ਜੀ। ਮੈਂ ਠੀਕ ਠਾਕ ਹੋ ਗਏ, ਆਪਣਾ ਘਰ ਨੂੰ ਜਾ ਰਿਹਾ ਜੀ। ਇਹਨਾਂ ਦਾ ਜੋਗਿੰਦਰਾ ਹਸਪਿਟਲ ਦਾ, ਮੈਂ ਰਾਣਾ ਹੋਸਪਿਟਲ ਦਾ ਧੰਨਵਾਦ ਕਰਦੇ ਹਾਂ। ਮੇਰਾ ਨਾਮ ਬਿੱਲੂ ਹੈ ਜੀ, ਮੇਰਾ ਨਾਮ ਬਿੱਲੂ ਹੈ, ਮੈਂ ਮੰਡੀ ਗੋਬਿੰਦਗੜ੍ਹ ਦਾ ਰਹਿਣ ਵਾਲਾ ਹਾਂ, ਜਿੱਥੇ ਜੋਗਿੰਦਰਾ ਕੈਂਪ ਲੱਗਾ ਸੀ, ਜਿੱਥੇ ਮੇਰਾ ਚੈੱਕਅਪ ਹੋਇਆ ਰਾਣਾ ਹਸਪਤਾਲ ਵਿੱਚ, ਮੇਰਾ ਆਪਰੇਸ਼ਨ ਹੋਇਆ ਅਤੇ ਮੈਂ ਠੀਕ ਠਾਕ ਘਰ ਜਾ ਰਿਹਾ ਹਾਂ। ਰਾਣਾ ਹਸਪਤਾਲ ਦਾ ਅਤੇ ਜੋਗਿੰਦਰਾ ਕੈਂਪ ਦਾ ਧੰਨਵਾਦ ਕਰਦਾ ਹਾਂ ਮੈਂ। ਮੇਰਾ ਨਾਮ ਸੁਮਨ ਦੇਵੀ ਹੈ, ਮੈਂ ਮੰਡੀ ਗੋਬਿੰਦਗੜ੍ਹ ਰਹਿਤੀ ਹੂੰ, ਜੋ ਮੰਡੀ ਗੋਬਿੰਦਗੜ੍ਹ ਮੇਂ ਲਗਾ ਥਾ ਜੋਗਿੰਦਰਾ ਕੈਂਪ, ਵਹਾਂ ਮੇਰਾ ਚੈੱਕਅਪ ਹੁਆ, ਵਹਾਂ ਬਾਬਾ ਸਿਰ ਕਾ ਬਿਮਾਰੀ ਨਿਕਲਾ, ਆਜ ਮੇਰਾ ਆਪਰੇਸ਼ਨ ਹੁਆ ਰਾਣਾ ਹੋਸਪਿਟਲ ਮੇਂ। ਮੈਂ ਧੰਨਵਾਦ ਕਰਤੀ ਹੂੰ ਰਾਣਾ ਹੋਸਪਿਟਲ ਕਾ, ਠੀਕ ਠਾਕ ਸੇ ਮੈਂ ਆਪਣੇ ਘਰ ਜਾ ਰਹੀ ਹੂੰ। ਧੰਨਵਾਦ ਕਰਤੀ ਹੂੰ ਰਾਣਾ ਹੋਸਪਿਟਲ ਕਾ ਔਰ ਜੋਗਿੰਦਰਾ ਕੈਂਪ ਕਾ। ਮੈਂ ਅਮਨਦੀਪ ਸਿੰਘ, ਪਿੰਡ ਪਡੇੜੀ, ਮੇਰੇ ਪਿਤਾ ਜੀ ਨਿਰਮਲ ਸਿੰਘ, ਅਸੀਂ ਮੰਡੀ ਗੋਬਿੰਦਗੜ੍ਹ ਜੋਗਿੰਦਰਾ ਕੈਂਪ ਦੇ ਵਿੱਚ ਗਏ ਸੀ ਅਤੇ ਉੱਥੇ ਪਤਾ ਲੱਗਿਆ ਵੀ ਮੇਰੇ ਪਿਤਾ ਜੀ ਨੂੰ ਬਾਬਾ ਸਿਰ ਦੀ ਪ੍ਰੋਬਲਮ ਹੈ, ਅਤੇ ਫਿਰ ਅਸੀਂ ਇੱਥੇ ਸਰਹੰਦ ਰਾਣਾ ਕਲੀਨਿਕ ਦੇ ਵਿੱਚ ਗਏ ਅਤੇ ਉਹਨਾਂ ਨੇ ਬਹੁਤ ਹੀ ਵਧੀਆ ਓਪਰੇਸ਼ਨ ਕਰਿਆ ਅਤੇ ਹੁਣ ਬਿਲਕੁਲ ਠੀਕ ਹੈ, ਅਤੇ ਅਸੀਂ ਘਰ ਨੂੰ ਜਾ ਰਹੇ ਸੀ ਦਿਲੋਂ ਹੀ ਰਾਣਾ ਕਲੀਨਿਕ ਅਤੇ ਜੋਗਿੰਦਰਾ ਕੈਂਪ ਦਾ ਦਿਲੋਂ ਧੰਨਵਾਦ ਕਰਦੇ। ਮੇਰਾ ਨਾਮ ਸੁਨੀਤਾ ਕੁਮਾਰੀ ਹੈ, ਮੈਂ ਬਿਹਾਰ ਕੇ ਰਹਿਣੇ ਵਾਲੀ ਹੂੰ, ਮੰਡੀ ਗੋਬਿੰਦਗੜ੍ਹ ਜੋਗਿੰਦਰਾ ਕੈਂਪ ਲਗਾ ਥਾ, ਵਹਾਂ ਮੈਨੇ ਬਾਬਾ ਸਿਰ ਕਾ ਚੈੱਕਅਪ ਕਰਾਇਆ ਥਾ। ਰਾਣਾ ਹੋਸਪਿਟਲ ਮੇਂ ਮੇਰਾ ਬਾਬਾ ਸਿਰ ਕਾ ਇਲਾਜ ਹੋ ਗਿਆ ਹੈ, ਮੈਂ ਠੀਕ ਠਾਕ ਹੋ ਕੇ ਘਰ ਜਾ ਰਹੀ ਹੂੰ। ਰਾਣਾ ਹੋਸਪਿਟਲ ਜੋਗਿੰਦਰਾ ਕੈਂਪ ਧੰਨਵਾਦ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੇਰਾ ਨਾਮ ਸੁਦਾਗਰ ਖਾਨ, ਪਿੰਡ ਭੱਦਾ ਸੋਹਾ, ਤਹਿਸੀਲ ਮਲੋਹ, ਜ਼ਿਲ੍ਹਾ ਫਤਿਹਗੜ੍ਹ ਸਾਹਿਬ। ਜਿਹੜਾ ਜੋ ਕਿ ਜੋਗਿੰਦਰਾ ਵੈਲਫੇਅਰ ਦਾ ਕੈਂਪ ਲੱਗਿਆ ਸੀ ਗੋਬਿੰਦਗੜ੍ਹ ਦੇ ਵਿੱਚ, ਉੱਥੇ ਮੇਰਾ ਨਾਮ ਲਿਖਿਆ ਗਿਆ ਸੀਗਾ ਜੀ ਇਹਦੇ 'ਚ ਕੈਂਪ 'ਚੋਂ, ਅਤੇ ਮੇਰਾ ਅੱਜ ਓਪਰੇਸ਼ਨ ਹੋ ਗਿਆ ਸਰਹੰਦ ਰਾਣਾ ਹੋਸਪਿਟਲ ਦੇ ਵਿੱਚ, ਅਤੇ
ਅਤੇ ਮੇਰਾ ਆਪਰੇਸ਼ਨ ਬਿਲਕੁਲ ਠੀਕ ਠਾਕ ਹੋ ਗਿਆ ਅਤੇ ਮੈਂ ਛੁੱਟੀ ਹੋ ਕੇ ਘਰ ਜਾ ਰਿਹਾ ਜੀ। ਮੈਂ ਸਾਰਿਆਂ ਦਾ ਧੰਨਵਾਦ ਰਾਣਾ ਹੋਸਪਿਟਲ ਅਤੇ ਜੋਗਿੰਦਰਾ ਸਟੈਲੀ ਦਾ ਧੰਨਵਾਦ ਕਰਦਾ ਜੀ। ਮੇਰਾ ਨਾਮ ਭੀਮ ਚੌਹਾਨ ਹੈ। ਮੰਡੀ ਗੋਬਿੰਦਗੜ੍ਹ ਮੈਂ ਜੋਗਿੰਦਰਾ ਟਰੱਸਟ ਕਾ ਕੈਂਪ ਲਗਾ ਥਾ, ਉਸਮੇਂ ਮੈਂ ਆਪਣੀ ਪਤਨੀ ਸੰਗੀਤਾ ਚੌਹਾਨ ਕਾ ਚੈੱਕਅਪ ਕਰਵਾਇਆ ਔਰ ਉਸਮੇਂ ਬਵਾਸ਼ੀਰ ਕਾ ਬਿਮਾਰੀ ਨਿਕਲਾ। ਆਜ ਰਾਣਾ ਹਾਸਪਿਟਲ ਮੈਂ ਆਪਰੇਸ਼ਨ ਹੁਆ, ਆਪਰੇਸ਼ਨ ਠੀਕ ਠਾਕ ਹੋ ਗਿਆ, ਬੜੀਆ ਸੇ ਹੋ ਗਿਆ ਔਰ ਖੁਸ਼ੀ ਖੁਸ਼ੀ ਹਮ ਲੋਕ ਘਰ ਜਾ ਰਹੇ ਹੈਂ। ਧੰਨਵਾਦ ਹੈ ਰਾਣਾ ਹਾਸਪਿਟਲ ਔਰ ਜੋਗਿੰਦਰਾ ਟਰੱਸਟ ਕੈਂਪ। ਹੈ ਮੈਂ ਬੱਸੀ ਪਠਾਨਾ ਦੀ ਰਹਿਣ ਵਾਲੀ ਹਾਂ। ਮੇਰਾ ਮੰਡੀ ਗੋਬਿੰਦਗੜ੍ਹ ਵਿਖੇ ਜੋਗਿੰਦਰਾ ਕੈਂਪ ਵਿੱਚ ਚੈੱਕਅਪ ਹੋਇਆ ਸੀ, ਜਿਸ ਵਿੱਚ ਮੇਰੇ ਪਿੱਤੇ ਵਿੱਚ ਪੱਥਰੀ ਆਈ ਅਤੇ ਉਸਦੇ ਆਪਰੇਸ਼ਨ ਲਈ ਮੈਨੂੰ ਰਾਣਾ ਹੋਸਪਿਟਲ ਵਿੱਚ ਐਡਮਿਟ ਕਰਵਾਇਆ ਗਿਆ ਅਤੇ ਉੱਥੇ ਮੇਰਾ ਆਪਰੇਸ਼ਨ ਬਹੁਤ ਵਧੀਆ ਤਰੀਕੇ ਨਾਲ ਕਰਿਆ ਗਿਆ ਅਤੇ ਪਿੱਤੇ ਦੀ ਪੱਥਰੀ ਦਾ ਆਪਰੇਸ਼ਨ ਸਕਸੈਸਫੁਲ ਰਿਹਾ ਅਤੇ ਉੱਥੇ ਦਾ ਸਟਾਫ ਅਤੇ ਡਾਕਟਰਾਂ ਦਾ ਮੈਂ ਬਹੁਤ ਧੰਨਵਾਦ ਕਰਦੀ ਹਾਂ ਅਤੇ ਜੋਗਿੰਦਰਾ ਟਰੱਸਟ ਵਾਲਿਆਂ ਦਾ ਮੈਂ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਦੇ ਸਦਕਾ ਮੈਂ ਅੱਜ ਇਹ ਆਪਰੇਸ਼ਨ ਕਰਵਾ ਸਕੀ। ਮੈਂ ਪਿੰਡ ਓਇਨ ਦਾ ਰਹਿਣ ਵਾਲਾ ਜੀ। ਜੋ ਜੋਗਿੰਦਰਾ ਕੈਂਪ ਲੱਗਾ ਸੀ ਗੋਬਿੰਦਗੜ੍ਹ 'ਚ, ਮੈਂ ਉੱਥੇ ਚੈੱਕਅਪ ਕਰਵਾਇਆ ਜੀ ਆਪਣਾ। ਮੇਰਾ ਆਪਰੇਸ਼ਨ ਰਾਣਾ ਹਸਪਤਾਲ ਸਰਹੰਦ ਵਿੱਚ ਹੋਇਆ ਜੀ। ਹੁਣ ਮੈਂ ਬਿਲਕੁਲ ਠੀਕ ਹਾਂ ਜੀ। ਮੈਂ ਇਹਨਾਂ ਦੋਵਾਂ ਦਾ, ਕੈਂਪ ਵਾਲਿਆਂ ਦਾ ਅਤੇ ਰਾਣਾ ਹੋਸਪਿਟਲ ਵਾਲਿਆਂ ਦਾ ਬਹੁਤ ਧੰਨਵਾਦ ਕਰਦਾ ਜੀ। ਰਹਿਣ ਵਾਲਾ ਹੂੰ ਜਹਾਂ ਜੋਗਿੰਦਰਾ ਕੈਂਪ ਲਗਾ ਥਾ, ਵਹਾਂ ਮੇਰੀ ਘਰਵਾਲੀ ਕੀ ਚੈੱਕਅਪ ਹੁਆ ਥਾ, ਵਹਾਂ ਬਵਾਸੀਰ ਕੀ ਬਿਮਾਰੀ ਨਿਕਲਾ। ਆਜ ਆਪਰੇਸ਼ਨ ਹੋ ਗਿਆ ਹੈ, ਸਭ ਕੁਛ ਠੀਕ ਠਾਕ ਹੈ, ਨੋਰਮਲ ਹੈ, ਆਪਰੇਸ਼ਨ ਹੋ ਗਿਆ ਬੜੀਆਂ ਸੇ। ਆਜ ਮੈਂ ਘਰ ਜਾ ਰਹਾ ਹੂੰ। ਧੰਨਵਾਦ ਕਰਤਾ ਹੂੰ ਜੋਗਿੰਦਰਾ ਕੈਂਪ ਔਰ ਰਾਣਾ ਹੋਸਪਿਟਲ ਕਾ।